लंडन विच जम्मे भारतीय मूल दे सिख इंजीनियर दा भारत वर्गे देशां नूं घट कीमत वाली वाशिंग मशीनां दी सप्लाई करन दा प्रोजैक्ट जिथे कपड़ियां नूं हाथ नाल धोना समय दी खपत वाली कसरत बनिया होया है ने चंगी शुरुआत कीती है जो इराक दे कैंपा विच फील्ड रिसर्च तो बाद वजूद विच आया है। सिख इंजीनियर नवजोत सानी जिन्हां ने घट आमदनी वाले खेतरां नूं मैनुअल वाशिंग मशीनां मुहैया करवाउण दे लई 3 साल पहलां अपना washing project sthapit kita si. Over 5 billion people in the world today do not have access to an electric washing machine. Our research in 6 countries with over 500 families has found that this burden of hand washing clothes is disproportionately affecting women, with women spending more than 20 hours a week and more than 40 liters of water per cycle on this activity, causing back pain, joint pain and skin irritation. My name is Nav and I'm the founder of the Washing Machine Project. We make manual washing machines that are affordable and portable that save time, water and effort for people who hand wash clothes. We save 3/4 of the time and half the water compared to hand washing clothes. Our user-centered approach and unique design means that we are the only enterprise in the world today looking at this from a humanitarian and development point of view. We have a prototype and we've partnered up with Oxfam and distributed 50 of our washing machines in camps in Mosul. We're so excited to be a part of this competition. Thank you so much for this opportunity. ਉਹ ਵਲੰਟੀਅਰਾਂ ਅਤੇ ਸਹਿਭਾਗੀਆਂ ਨਾਲ ਸਪਲਾਈ ਤੋਂ ਪਹਿਲਾਂ ਖੋਜ ਕਰਨ ਲਈ ਕੰਮ ਕਰ ਰਹੇ ਹਨ। ਸੰਗਠਨ ਨੇ ਡਿਲੀਵਰੀ ਪ੍ਰਕਿਰਿਆ ਵਿੱਚ ਸਹਾਇਤਾ ਲਈ 10,000 ਪੌਂਡ ਇਕੱਠੇ ਕਰਨ ਦੇ ਲਈ ਜਸਟ ਗਿਵਿੰਗ ਅਤੇ ਕਰਾਊਡ ਫੰਡਿੰਗ ਦੀ ਅਪੀਲ ਵੀ ਆਰੰਭ ਕੀਤੀ ਹੈ। ਚੈਰਿਟੀ ਦੀ ਫੰਡ ਰੇਜ਼ਿੰਗ ਮੁਹਿੰਮ ਨੋਟ ਕਰਦੀ ਹੈ ਕਿ ਵਾਸ਼ਿੰਗ ਮਸ਼ੀਨ ਪ੍ਰੋਜੈਕਟ ਵਿੱਚ ਅਸੀਂ ਜੀਵਨ ਨੂੰ ਸਮਰੱਥ ਬਣਾਉਣ ਲਈ ਨਵੀਨਤਾਕਾਰੀ ਦੀ ਸ਼ਕਤੀ ਵਿੱਚ ਵਿਸ਼ਵਾਸ ਕਰਦੇ ਹਾਂ। ਇਸੇ ਲਈ ਅਸੀਂ ਇੱਕ ਆਫ ਗ੍ਰਿਡ ਮੈਨੂਅਲ ਵਾਸ਼ਿੰਗ ਮਸ਼ੀਨ ਵਿਕਸਿਤ ਕੀਤੀ ਹੈ ਜਿਸ ਨਾਲ 60-70% ਸਮਾਂ ਅਤੇ 50% ਪਾਣੀ ਦੀ ਬਚਤ ਹੁੰਦੀ ਹੈ। ਘੱਟ ਆਮਦਨੀ ਵਾਲੇ ਵਿਸਥਾਪਿਤ ਭਾਈਚਾਰੇ ਦੇ ਲੋਕਾਂ ਲਈ ਇਹ ਫਾਇਦੇਮੰਦ ਹੈ। ਇਹ ਵਿਚਾਰ ਇੱਕ ਦੋਸਤੀ ਤੋਂ ਪੈਦਾ ਹੋਇਆ ਸੀ। ਸਾਡੇ ਸੰਸਥਾਪਕ ਨੈਵ ਪੈਂਡੂ ਦੱਖਣੀ ਭਾਰਤ ਵਿੱਚ ਛੁੱਟੀ 'ਤੇ ਸਨ ਜਦੋਂ ਉਹ ਆਪਣੀ ਗੁਆਂਢਣ ਔਰਤ ਦਿਵਿਆ ਨੂੰ ਮਿਲੇ, ਜਿੱਥੋਂ ਉਹਨਾਂ ਨੂੰ ਇਹ ਪ੍ਰੇਰਣਾ ਮਿਲੀ। ਨਵਜੋਤ ਸਾਨੀ UK ਵਿੱਚ ਆਪਣੇ ਇੰਜੀਨੀਅਰਿੰਗ ਕੈਰੀਅਰ ਤੋਂ ਛੁੱਟੀ ਲੈ ਰਹੇ ਸਨ ਜਦੋਂ ਹੱਥ ਨਾਲ ਚੱਲਣ ਵਾਲੀ ਵਾਸ਼ਿੰਗ ਮਸ਼ੀਨ ਦੇ ਵਿਚਾਰ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ। ਨਵਜੋਤ ਸਾਨੀ ਯਾਦ ਕਰਦੇ ਹਨ ਕਿ ਤਾਮਿਲਨਾਡੂ ਵਿੱਚ ਰਹਿੰਦਿਆਂ ਮੈਂ ਵੇਖਿਆ ਕਿ ਲੋਕਾਂ ਦੀ ਨਿਰੰਤਰ ਬਿਜਲੀ ਤੱਕ ਸੀਮਤ ਪਹੁੰਚ ਸੀ ਅਤੇ ਦਿਨ ਵਿੱਚ 2 ਵਾਰ ਪਾਣੀ ਉਹਨਾਂ ਨੂੰ ਮਿਲਦਾ ਸੀ। ਨਵਜੋਤ ਸਾਨੀ ਦਾ ਕਹਿਣਾ ਹੈ ਕਿ ਮੇਰੀ ਨੇੜਲੀ ਗੁਆਂਢਣ ਦਿਵਿਆ ਅਤੇ ਮੈਂ ਬਹੁਤ ਵਧੀਆ ਦੋਸਤ ਬਣ ਗਏ। ਜਦੋਂ ਅਸੀਂ ਗੱਲ ਕਰਦੇ ਉਹ ਆਪਣੇ ਕੱਪੜੇ ਹੱਥਾਂ ਨਾਲ ਧੋ ਰਹੀ ਹੁੰਦੀ ਸੀ। ਮੈਂ ਇਸ ਗੱਲ ਤੋਂ ਹਮੇਸ਼ਾ ਹੈਰਾਨ ਸੀ ਕਿ ਮੁਕਾਬਲਤਨ ਗੈਰ ਉਤਪਾਦਕ ਕਾਰਜ ਚਲਾਉਣ ਵਿੱਚ ਕਿੰਨਾ ਸਮਾਂ ਅਤੇ ਕਿੰਨੀ ਮਿਹਨਤ ਲੱਗੇਗੀ। ਇਸ ਕਾਰਨ ਉਹ ਉਸਦੀ ਮੈਨੂਅਲ ਵਾਸ਼ਿੰਗ ਮਸ਼ੀਨ ਦਾ ਦਿਵਿਆ 1.5 ਮਾਡਲ ਲੈ ਕੇ ਆਇਆ ਜੋ ਇੱਕ ਸਧਾਰਨ ਸਲਾਦ ਸਪਿਨਰ ਤੋਂ ਪ੍ਰੇਰਿਤ ਸੀ। ਹੁਣ ਚੈਰਿਟੀ ਕੇਅਰ ਇੰਟਰਨੈਸ਼ਨਲ ਦੀ ਸਹਾਇਤਾ ਨਾਲ ਇਰਾਕ ਦੇ ਸ਼ਰਨਾਰਥੀ ਕੈਂਪਾਂ ਵਿੱਚ ਦਿਵਿਆ 1.5 ਵਿੱਚੋਂ 30 ਦੀ ਵਰਤੋਂ ਕੀਤੀ ਜਾਏਗੀ। ਇਸ ਨਾਲ 300 ਲੋਕਾਂ ਨੂੰ ਮਦਦ ਮਿਲੇਗੀ ਅਤੇ ਪ੍ਰਤੀ ਪਰਿਵਾਰ ਪ੍ਰਤੀ ਸਾਲ 750 ਘੰਟੇ ਬਚਣਗੇ। ਸਾਨੀ ਨੇ ਮਸ਼ੀਨਾਂ ਦੀ ਵੰਡ ਵਿੱਚ ਸਹਾਇਤਾ ਲਈ ਸਤੰਬਰ ਦੇ ਸ਼ੁਰੂ ਵਿੱਚ ਇਰਾਕ ਜਾਣ ਦੀ ਯੋਜਨਾ ਬਣਾਈ ਹੈ। ਇਸ ਸਾਲ ਦੇ ਅੰਤ ਵਿੱਚ ਵਾਸ਼ਿੰਗ ਮਸ਼ੀਨ ਪ੍ਰੋਜੈਕਟ ਦਾ ਉਦੇਸ਼ ਜਾਰਡਨ ਵਿੱਚ ਸ਼ਰਨਾਰਥੀ ਕੈਂਪਾਂ ਦੀ ਲੋੜ ਨੂੰ ਪੂਰਾ ਕਰਨਾ ਹੈ। ਆਖਿਰਕਾਰ ਇਹਨਾਂ ਮਸ਼ੀਨਾਂ ਨੂੰ ਭਾਰਤ ਅਤੇ ਅਫਰੀਕਾ ਸਮੇਤ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਭੇਜਣ ਦੀ ਯੋਜਨਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿਰਫ ਦਿਵਿਆ ਹੀ ਨਹੀਂ ਹੈ ਜੋ ਇਸ ਬੋਝ ਨੂੰ ਚੁੱਕਦੀ ਹੈ। ਅਸੀਂ ਦੁਨੀਆ ਦੇ 11 ਵੱਖ-ਵੱਖ ਦੇਸ਼ਾਂ ਵਿੱਚ ਔਰਤਾਂ ਅਤੇ ਭਾਈਚਾਰਿਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਲਈ ਇਹ ਮਸ਼ੀਨ ਵਰਦਾਨ ਸਾਬਤ ਹੋਏਗੀ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।